ਗੁਜਰਾਤ ਸਰਕਾਰ ਦੇ ਬੁਲਾਰੇ ਦਾ ਕਹਿਣਾ ਹੈ ਕਿ ਚੱਕਰਵਰਤੀ ਤੂਫਾਨ ਵਾਯੂ ਦੇ ਚੱਲਦਿਆਂ 2 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਮੌਸਮ ਵਿਭਾਗ ਅਨੁਸਾਰ ਇਸ ਤੂਫਾਨ ਦੇ ਅੱਜ ਗੁਜਰਾਤ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਹੈ। ਐਜ਼ ਪਰ ਦ ਲੇਟੈਸਟ ਫੋਰਕਾਸਟ ਆਫ IMD ਦ ਸਾਈਕਲੋਨ ਇਜ਼ ਸਿਚੁਏਟਡ ਅਰਾਊਂਡ 300 ਕਿਲੋਮੀਟਰ ਸਾਊਥ ਆਫ ਗੁਜਰਾਤ ਕੋਸਟ ਐਂਡ ਇਟ ਇਜ਼ ਲਾਈਕਲੀ ਟੂ ਮੇਕ ਅ ਲੈਂਡਫਾਲ ਟੁਮੋਰੋ ਬਿਟਵੀਨ ਵੇਰਾਵਲ ਐਂਡ ਦੁਆਰਕਾ ਐਂਡ ਦ ਵਿੰਡ ਸਪੀਡ ਵਿਲ ਬੀ ਅਰਾਊਂਡ 165 ਕਿਲੋਮੀਟਰ ਪਰ ਆਵਰ ਐਂਡ ਅਕੋਰਡਿੰਗਲੀ ਵੀ ਹੈਵ ਇੰਟੈਂਸੀਫਾਈਡ ਆਵਰ ਇਵੈਕੂਏਸ਼ਨ ਡਰਾਈਵ ਐਂਡ ਸੋ ਫਾਰ more than 2,15,000 people from over 500 villages they have been shifted to more than 2,000 shelter places. So the landfall time, it was said that it will be at early morning and now it has changed. Is there an institution like that? We are continuously tracking it. We are in contact with the IMD and as per the latest prediction there could be slight delay compared to earlier prediction about the landfall. However, we are continuously tracking it.